ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਬਾਜੀ ਕਿਦਾਂ ਵਧੀਆ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਠੀਕ ਠਾਕ ਮੇਰਾ ਜੀ ਮੌਸਮ ਬੜਾ ਟੌਪ ਦਾ ਨਾ ਮੈਂ ਨਜ਼ਾਰੇ ਬੱਦੇ ਜੀ ਬੜੇ ਮਜੇ ਆਉਂਦੇ ਨਾ ਧੁੱਪ ਵੇਲੋ ਕਿਨੀ ਲੱਗੀ ਹੈ ਸ਼ੁਕਰ ਹੈ ਮਾਲਕ ਦਾ ਚਲੋ ਵਧੀਆ ਦਿਨ ਖੁੱਲੇ ਜੀ ਹਾਂਜੀ ਹਾਂਜੀ ਹੋਰ ਠੀਕ ਠਾਕ ਨਾ ਸਾਰੇ ਵਧੀਆ ਜੀ ਚਲੋ ਫੋਨ ਨੰਬਰ ਸੰਦੀਪ ਜੀ ਨੇ 1968 83 86 ਹਾਂਜੀ 98 55 66 26 55 ਠੀਕ ਆ ਪਿੰਡ ਖੇੜੇਵਾਲਾ ਚੱਕ ਤੇ ਜ਼ਿਲ੍ਹਾ ਅੰਮ੍ਰਿਤਸਰ ਨਜ਼ਦੀਕ ਕੱਡਾ ਪੈਂਦਾ ਆਪਣਾ ਨੂੰ ਕਾਲੀ ਸਾਹਿਬ ਠੀਕ ਆ ਭਾਜੀ ਜਾਂ ਜੈਂਤੀਪੁਰ ਠੀਕ ਆ ਬਟਾਲਾ ਅੰਮ੍ਰਿਤਸਰ ਔਰ ਰਈਆ ਇਹਦੇ ਸੈਂਟਰ ਚ ਪਿੰਡ ਆ ਆਪਣਾ ਖੇੜੇ ਬਿਲਕੁਲ ਭਾਜੀ ਠੀਕ ਹੈ ਤੇ ਚਲੋ ਬਹੁਤ ਦਿਨ ਆਪਾਂ ਵੀਡੀਓ ਬਣਾਉਣ ਲੱਗੇ ਹਾਂ ਬਿਲਕੁਲ ਜੀ ਤੇ ਅਸੀਂ ਤੇ ਕਹਿੰਦੇ ਵੀ ਸ਼ੁਕਰ ਆ ਮਾਲਕ ਦਾ ਹਾਂਜੀ ਕਿ ਸੱਚੇ ਪਾਤਸ਼ਾਹ ਸਾਨੂੰ ਰੋਟੀ ਦਿੱਤੀ ਹੈ ਇਹਦੇ ਕੰਮ ਚੱਲਣਾ ਜਿਹਦਾ ਬਿਲਕੁਲ ਜੀ ਪਰ ਮੈਂ ਨਾ ਥੋੜੇ ਕੁ ਬੰਦਿਆਂ ਦੀ ਵੀਡੀਓ ਵੇਖਣਾ ਵਾ ਤੇ ਉਹ ਨਾ ਮਤਲਬ ਜਿੱਦਾਂ ਮਤਲਬ ਜ਼ਮੀਨ ਥੱਲੇ ਪੈਰਾਂ ਥੱਲੇ ਨਹੀਂ ਹੁੰਦੀ ਹਾਂਜੀ 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 ਇਦਾਂ ਦੇ ਕੰਮ ਨਾ ਕਰੋ ਬਿਲਕੁਲ ਜੀ ਬਿਲਕੁਲ ਗੁਰੂ ਰਾਮਦਾਸ ਨੇ ਜੇ ਰੋਟੀ ਪਾਣੀ ਦਿੱਤਾ ਨਾ ਬਿਲਕੁਲ ਜੀ ਸਾਰਾ ਸੁੱਖ ਸ਼ਾਂਤੀ ਨਾਲ ਖਾਓ ਬਿਲਕੁਲ ਜੀ ਇਹ ਨਹੀਂ ਆ ਉਹਨੇ ਆ ਕਰਦਾ ਜੀ ਫਲਾਣਾ ਕਰਤਾ ਜੀ ਕਰਮ ਸੰਦੀਸ਼ ਹੈ ਜਿਹੜੇ ਮੇਰੇ ਆ ਉਹ ਤੁਸੀਂ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਤੇ ਤੁਸੀਂ ਆਪਣੇ ਕਿਸੇ ਨੂੰ ਦੇ ਨਹੀਂ ਸਕਦੇ ਨਾ ਜੀ ਨਾ ਬਿਲਕੁਲ ਜੋ ਬੰਦੇ ਦੇ ਕਰਮਾਂ ਚ ਉਹਨੂੰ ਮਿਲਣਾ ਵਾ ਮਿਲਣਾ ਹੀ ਮਿਲਣਾ ਜੀ ਠੀਕ ਆ ਜੇ ਅੱਜ ਕਿਸੇ ਸੱਜਣ ਨਾਲ ਆਪਾਂ ਕੋਈ ਕਾਰੋਬਾਰ ਲਾ ਕੇ ਜੋੜ ਕੇ ਤੇ ਕੱਲ ਨੂੰ ਉਹਨੂੰ ਕਹੀ ਜਾਣਾ ਨਹੀਂ ਜੀ ਮੈਂ ਇਦਾਂ ਕਰਤਾ ਉਦਾਂ ਕਰਤਾ ਇਹ ਗੱਲਾਂ ਨਹੀਂ ਚੰਗੀਆਂ ਗਲਤ ਗਲਤ ਸੂਝਵਾਨ ਬੰਦੇ ਜਿਹੜੇ ਸਮਝਦਾਰ ਹੈ ਨਾ ਉਹਨਾਂ ਨੂੰ ਇਹ ਚੀਜ਼ਾਂ ਸੋਭਾ ਨਹੀਂ ਦਿੰਦੀਆਂ ਨਹੀਂ ਦਿੰਦੀਆਂ ਠੀਕ ਆ ਕੰਮ ਆਪਣਾ ਕਰੋ ਸਾਫ ਸੁਥਰਾ ਕਰੋ ਸੁੱਖ ਸਭ ਦੀ ਮੰਗੋ ਬਿਲਕੁਲ ਭਾਜੀ ਬੰਦਾ ਉਹ ਜਿਹੜਾ ਸਭ ਦੀ ਸੁੱਖ ਮੰਗਦਾ ਆਪਣੀ ਤੇ ਹੀ ਮੰਗਦੇ ਹੀ ਆ 10 ਰੁਪਏ ਮੱਥਾ ਟੇਕਿਆ ਬਾਬਾ ਜੀ ਅੱਜ ਟਰੈਕਟਰ ਕਹਿੰਦੀ 10 ਹੋਰ ਟੇਕ ਨਾਲ ਟਰਾਲੀ ਹੈ ਸਹੀ ਗੱਲ ਹੈ ਜੀ ਹਾਂਜੀ ਉਹ ਬਣੀ ਨਾ ਖਾ ਤੋਂ ਤੇ ਕੰਮ ਇਹ ਹੋਇਆ ਵਿਆਹ ਕਹਿੰਦੇ ਨੇ ਇਹ ਮਾਵਾਂ ਧੀਆਂ ਮਿਲਣਾ ਪਿਓ ਪੁੱਤ ਜਾਂਦੀ ਹਾਂਜੀ ਉਹ ਸਿਸਟਮ ਚੱਲਣ ਡਿਆ ਵਾ ਹਾਂਜੀ ਹਾਂਜੀ ਆਪੋ ਵਿੱਚ ਹੀ ਗੱਲ ਚੱਲ ਜਾਂਦੀ ਆ ਜਿਹੜੇ ਬੰਦੇ ਸਮਝਣ ਆਣਾ ਨੇ ਸਮਝਣਾ ਬਿਲਕੁਲ ਜੀ ਬਿਲਕੁਲ ਚਲੋ ਕੋਈ ਨਹੀਂ ਸੰਦੀਪ ਸਿੰਘ ਮੱਝਾਂ ਆਪਣੇ ਕੋ ਅੱਜ ਬਾਬੇ ਦੀ ਮੇਰਾ 8 ਆ ਹਾਂਜੀ 10 ਹੀ ਦੋ ਹੁਣੇ ਲੈ ਕੇ ਗਏ ਆ ਠੀਕ ਆ ਤੇ 6 ਮੱਝਾਂ ਸੂਈਆਂ ਆਪਣੇ ਕੋ ਹਾਂਜੀ ਤੇ 3-4 ਗੱਭਣਾ ਵਾ ਇੱਕ ਵੈੜ ਸੂਈ ਆਪਣੀ ਠੀਕ ਆ ਹਾਂਜੀ ਤੇ ਚਲੋ ਦੱਸੋ ਜੀ ਹਾਂਜੀ ਇਹ ਸੂਈ ਕੁੱਟੀ ਸੂਈ ਆ ਕਮਾਲ ਕੀਤੇ ਥਣਦੇ ਆ ਹਾਂਜੀ ਬਹੁਤ ਦੁੱਧ ਕਿੰਨਾ ਬਾਜੀ ਸੰਦੀਪ ਸਿੰਘ ਇਹ ਚਲੋ ਆਪਾਂ ਆਪਣੀ ਵੀਡੀਓ 'ਚ ਫੇਰ ਕਹਿੰਦੇ ਕਿ ਤੁਹਾਨੂੰ ਇਹ ਨਹੀਂ ਕੋਈ ਕਹਿ ਸਕਦਾ ਕਿ ਫੌਜੀ ਸਾਹਿਬ ਨੇ ਉਹਨੂੰ ਝੂਠ ਮਾਰ ਕੇ ਦਿੱਤੀ ਹਾਂਜੀ ਹਾਂਜੀ ਪਰ ਆਪਣੀਆਂ ਤਸੱਲੀਆਂ ਹੁੰਦੀਆਂ ਜਿਹੜੀ ਗਿਆ ਬਿਲਕੁਲ 9 ਤੋਂ 9:30 9:30 ਮਿਣ ਕੇ ਲੀਟਰ ਨਾਲ ਬਸ ਠੀਕ ਆ ਤੇ ਚਵਾਈ ਤੇ ਚਲੋ ਤੁਹਾਨੂੰ ਦਿਖਾ ਲਓ ਜੀ ਵੇਖੋ ਥਾਣ ਵੇਖੋ ਪਹਿਲਾਂ ਤੁਸੀਂ ਆ ਅਸਲ ਸੰਬਾਸਾ ਨਾ ਬਣਿਆ ਨਾ ਵਾਹ ਜੀ ਵਾਹ ਵੇਖ ਲਓ ਕਰੇ ਦੁੱਧ ਵਾਲੀ ਮੈਂ ਬਾਜੀ ਕੱਟੀ ਕਟਾ ਜੀ ਕੱਟੀ ਮਗਰਾ ਆ ਜਾਓ ਲੈ ਚਲੋ ਤੀ ਆ ਜਾਓ ਬਸ ਠੀਕ ਆ ਹਾਂਜੀ ਮਾੜੀ ਕੱਟੀ ਫਰੀ ਪੜਾ ਕੱਟੀ ਫਰੀ ਕੱਟੀ ਮਾੜੀ ਫਰੀ ਠੀਕ ਹੈ ਜੀ ਕਿਹੜੀ ਮੋਟਰ ਗਈ ਇਹਨੂੰ ਦੱਸ ਦੀ ਖਲਾ ਦੀ ਵੇਰ ਕੇ ਇੱਕ ਵਾਰੀ ਫੇਰ ਇੱਧਰ ਖਲਾਓ ਹੈ ਜਾਂਦੀ ਵੇਰ ਕੇ ਬਿਲਕੁਲ ਸਹੀ ਤੀ ਚਲੋ ਮਾਲ ਬੜਾ ਬੰਦੇ ਲੈਂਦੇ ਆ ਹਾਂਜੀ ਚੰਗੀਆਂ ਝੋਟੀਆਂ ਨਹੀਂ ਲੱਭਦੀਆਂ ਨਹੀਂ ਲੱਭਦੇ ਭਾਜੀ ਹਾਂਜੀ ਬਿਲਕੁਲ ਬਾਕੀ ਚਲੋ ਗੁਰੇ ਆ ਚੋਨ ਆ ਜਾਓ ਗੁਰੇ ਚੋਨ ਸੁਥਰੀ ਝੋਟੀ ਭਾਜੀ ਹਾਂਜੀ ਚਲੋ ਦੁੱਧ ਵੱਧ ਵੀ ਦੇ ਸਕਦੀ ਆ ਪਰ ਅੱਜ ਮੌਕੇ ਤੇ 9 9.5 ਕਿਲੋ ਮਿਲ ਕੇ ਇਹ ਹੈਗਾ ਜੀ ਠੀਕ ਜੇ ਠੀਕ ਆ ਤੇ ਸੁਥਰੀ ਆ ਸੂਈ ਸੋਈ ਮੈਨੂੰ ਨਹੀਂ ਲੱਭਦੀ ਚਲੋ ਤੇ ਸੰਦੀਪ ਸਿੰਘ 80 ਦੀ ਦੇ ਦਾਂਗੇ 80,000 ਦੀ ਹਾਂਜੀ 1,000 ਛੋੜ ਕਰ ਚਲੋ 80,000 ਬਾਕੀ ਤੁਹਾਡਾ ਅੱਖ ਮੋੜਨਾ ਨਹੀਂ ਆ ਜੇ ਕਹੋਗੇ ਤਾਂ ਹੋਰ ਵੀ ਕਰ ਦਾਂਗੇ ਨਹੀਂ ਬਸ ਠੀਕ ਆ ਜਿਵੇਂ ਤੁਸੀਂ ਕਰਦੇ ਬਾਅਦ ਮੌਕੇ ਕਰਦੇ ਨਹੀਂ 1,000 ਤੁਹਾਡੇ ਲਈ ਕਰ ਦਾਂ ਠੀਕ ਆ 78,000 ਤੁਹਾਡੇ ਚੈਨਲ ਦੇ ਨਾਂ ਦੇ 1,000 ਹੋਰ ਠੀਕ ਆ ਠੀਕ ਆ ਠੀਕ ਆ ਠੀਕ ਆ ਆਜੋ 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 ਇਹ ਵੀ ਸੂਈ ਹੈ ਜੀ ਹਾਂਜੀ ਸੂਈ ਹੈ ਇਹ ਵੀ ਸੂਈ ਆ ਇਹ ਵੀ ਚੈੱਕ ਕਰੋ ਜੀ ਠੀਕ ਆ ਦੁੱਧ ਕਿੰਨਾ ਜੀ ਸੰਦੀਪ ਸਿੰਘ ਦੁੱਧ ਇੱਥੇ ਵੀ 9 ਲੀਟਰ ਆ ਹਾਂਜੀ ਮਗਰਲੇ ਥਾਂ ਦੀ ਝੋਟੀ ਬਿਲਕੁਲ ਤਿੱਲੜਿਆ ਪਿਆ ਤਿੱਲੜਾ ਠੀਕ ਆ ਠੀਕ ਆ ਤੇ 25 ਦਿਨ ਦੀ ਸੂਈ ਹੈ ਇਹ ਹਾਂਜੀ ਗਿਣ ਕੇ 25 ਦਿਨਾਂ ਦੀ ਠੀਕ ਹੈ ਜੀ ਤੇ 9 ਕਿਲੋ ਦੁੱਧ ਇੱਥੇ ਲੈ 9 ਕਿਲੋ ਖਿੱਚ ਕੇ ਕੀ ਲਈ ਵੀ ਆਪਣੇ ਗਵਾਂਢੀਆਂ ਕੋਲ ਅੱਛਾ ਠੀਕ ਆ ਤੇ ਛੱਡਦਾ ਵੇਖਿਓ ਜਾਂਦੀ ਉਹਨਾਂ ਦੇ ਘਰ ਅੱਛਾ ਜੀ ਆਹੋ ਤੇ ਜਮਾਂਦਰੂ ਦੇ ਲੈ ਜੀ ਜਮਾਂਦਰੂ ਤੇ ਲੈ ਜਮਾਂਦਰੂ ਤੇ ਲੈ ਹਾਂਜੀ ਬੱਚਾ ਮੰਨ ਕੀ ਆ ਗਿਆ ਜੀ ਇਹਦੇ ਬੱਚਾ ਨਹੀਂ ਗਿਆ ਰੱਖਦੀ ਸੀ ਅੱਛਾ ਹੈ ਨਹੀਂ ਆਈ ਚੁੱਕ ਮੜ ਜਾ ਬਸ ਐਂ ਹੀ ਪਾੜੇ ਦੇ ਲਓ ਜੀ ਵੇਖੋ ਪਾੜੇ ਦੀ ਮਿਲਣੀ ਆ ਆ ਵੇਖੋ ਬਾਟ ਲਿਆ ਆ ਜਾ ਬਜੀ ਬਾਟ ਦੀ ਬਟੀ ਲੋ ਠੀਕ ਆ
ठीक है जी, ठीक है, ठीक है, ठीक है, जान दो। हाँ जी, ₹50,000 दी देनी है, ₹50,000 दी। ठीक है, ਮੋਲ ਨਹੀਂ ਕੋਈ ਜਿੰਨੀ ਕੱਟੀ ਸੁਤਰੀ ਬੜੀ ਬਿਲਕੁਲ ਬਿਲਕੁਲ ਇਹ ਜਾਨੀ ਇਹ ਨਹੀਂ ਵੀ ਅੱਜ ਬਾਜ਼ਾਰ ਆ ਤੇ ਆਪਾਂ ਮੋਲ ਗਲਤ ਕਰਨਾ ਨਾ 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 ਜਿਹੜਾ ਹੱਕ ਹੈ ਆਪਣਾ ਲੈਣਾ ਵਾ ਬਿਲਕੁਲ ਠੀਕ ਆ ਵੇਚਣ ਨੂੰ ਭਾਵੇਂ 55 ਮੋਲ ਪਾ ਦਈਏ ਤਾਂ ਹੀ ਵਿਕ ਜਾਣੀ ਜੀ ਪਰ ਨਹੀਂ ਨਹੀਂ 50 ਹੀ ਦੇਣੀ ਚਲੋ ਠੀਕ ਆ ਇਹ ਗੱਬਣ ਹੈ ਜੀ ਹਾਂਜੀ ਨੀਲੀ ਗੱਲ ਫੇਰ ਆ ਗਈ ਪੈਰ ਆਪਣੇ ਪੈਰ ਧਰਤੀ ਤੇ ਰਹਿਣਗੇ ਬਿਲਕੁਲ ਜੀ ਭਾਜੀ ਬਿਲਕੁਲ 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 ਆ ਤੋਰੋ ਜੀ ਇਹਨੂੰ ਵੀ ਐਵੇਂ ਨਹੀਂ ਫਰੋਡ ਮਾਰ ਜਾਂਦੇ ਵਿੱਚ ਨਾ 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 ਉਹ ਕਰ ਦੇਣਾ ਬਿਲਕੁਲ ਜੀ ਕੋਈ ਫਰੋਡ ਨਹੀਂ ਆ ਨਾ ਨਾ ਬਿਲਕੁਲ ਭਾਜੀ ਇਹ ਸੰਤ ਦਾ ਭਰਾ ਮਤਲਬ ਪ੍ਰੇਮ ਆ ਹਾਂਜੀ ਹਾਂਜੀ ਉਹਦੇ ਪ੍ਰੇਮ ਨਾਲ ਅਸੀਂ ਤਾਂ ਚੜਨੇ ਆ ਜੇ ਸਾਡੀ ਕੋਈ ਵੀਡੀਓ ਨਾ ਵੇਖੂਗਾ ਤੇ ਅਸੀਂ ਕਿਦਮ ਡੰਗਰ ਵੇਖ ਨਹੀਂ 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 ਵੀ ਨਾ ਲਓ ਆ ਜਾਓ ਜੀ ਆ ਜਾਓ ਬਸ ਠੀਕ 10 ਕੁ ਦਿਨ ਰਹਿੰਦੀ ਆ ਜੀ ਅੱਛਾ ਜੀ ਹਾਂਜੀ नीली आ गई प्योर नाले सारे निशाने आ चुके हैं बिल्कुल जी हाँ जी भाई जी पूरे ये सुनीता रानो आया खाने के बग्गे में ये पूरे जनदा खाने में ये दस साल के मतलब बिल्कुल बात करने दी है वो दादे संदीप से बाहर दे हो जी तब मतलब लोग की डेढ़ मांग दिया कराकुरा जी जाइए बुद्धा मंडी ही तन्नो लगे अंदर मेरे मुंह तरनो नल दिंदा उत्थे भी बड़ा मोल कर दे ठीक है 2.5 लाख 3 लाख 5 लाख बड़ा मोल ਸੈਤਨ ਉਧਰ ਫੋਨ ਕੀਤਾ ਜਦੋਂ ਪਗੇ ਆ ਬਾਈ ਨਾਲ ਗਏ ਹਾਂਜੀ ਬਾਈ ਨਾਲ ਗਏ ਤੇ ਸੰਦੀਸ਼ਾ ਇਹ 95000 ਦੀ ਮੀਰ ਦਾ ਠੀਕ ਆ 1000 ਛੋੜ ਕਰ ਚਲੋ 94 ਆ ਜਾ ਬਾਕੀ ਕੋਈ ਨਹੀਂ ਅਸੀਂ ਲੋਹੇ ਦੇ ਲੱਠ ਨਹੀਂ ਬੰਦੇ ਅਸੀਂ ਤੇ ਮਤਲਬ ਇਹ ਕਹਿੰਦੇ ਕਿ ਚਲੋ ਸਾਡੇ ਨਾਲ ਜਿਹੜਾ ਬੰਦਾ ਜੁੜਿਆ ਵਾ ਤੇ ਉਹਦਾ ਬਹੁਤ ਧੰਨਵਾਦ ਬਿਲਕੁਲ ਜੀ ਤੇ ਜਿਹੜਾ ਨਹੀਂ ਆ ਉਹ ਤੇ ਉਹਦਾ ਵੀ ਧੰਨਵਾਦ ਹੀ ਕਰਦੇ ਆਂ ਆ ਵੀ ਸੁਈ ਜਾ ਬਾਕੀ ਤੇ ਮੇਰੇ ਨਾਲ ਮਤਲਬ ਮਾਲ ਮਿਲਦਾ ਰਹਿਣਾ ਵਾ ਬਿਲਕੁਲ ਭਾਜੀ ਬਿਲਕੁਲ ਇਹ ਵੀ ਸੁਈ ਹੈ ਜੀ ਹਾਂਜੀ ਸੰਦੀਸ਼ਾ ਸੁਈ ਹੈ ਇਹ ਦੁੱਧ ਕਿੰਨਾ ਜੀ ਦੁੱਧ ਦੇ ਥਲੇ 8 ਲੀਟਰ ਹੈ ਝੋਟ ਥਲੇ ਇਹ ਜਿਹੜੀ ਕੱਟੀ ਜੇ ਮੋੜ ਮੋੜ ਉਹ ਬਾਅਦ ਹੀ ਆ ਹਾਂਜੀ ਹੁਣ ਦੋਵੇਂ ਬੰਦੇ ਉਹ ਮਾਈ ਥਲੇ ਬਹਿ ਗਏ ਆਪਾਂ ਕੱਟੀ ਧਾਰ ਵੇਹੇ ਜਿੱਦਾਂ ਦੀ ਉਹਨਾਂ ਦੀ ਕਹਿੰਦੇ ਨੇ ਵੇਰ ਕੇ ਆ ਕੱਟੀ ਹੈ ਨਾ ਜੀ ਹਾਂਜੀ ਇਹ ਕੱਟੀ ਹੈ ਚਾਹੇ ਇਹਨੂੰ 2 ਮਹੀਨੇ ਦੀ ਕਹਿ ਲਈਏ ਚਾਹੇ 2.5 ਦੀ ਕਹਿ ਲਈਏ ਵੇਖੋ ਆਪਾਂ ਉਦਾਂ ਦੱਸ ਹੀ ਸਕਦੇ ਬਿਲਕੁਲ 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 ਭਾਜੀ ਬਿਲਕੁਲ ਅਸੀਂ ਐਵੇਂ ਕਹੀ ਜੀ ਇਹ ਦਵਾ ਦੇ ਜੀ ਇਹ 15 ਆਣਾ ਦਾ ਵਾ ਇਹ ਵੀ ਨਾ ਜਾਣਾ 2 ਮਹੀਨੇ ਦਾ ਨਹੀਂ ਸਹੀ ਜਿੰਨੇ ਦਾ ਹੈਗਾ 2 ਮਹੀਨੇ ਦਾ ਮੰਨ ਕੇ ਚੱਲੀਏ ਅਸੀਂ ਹਾਂਜੀ ਤੇ ਚੋਣ 1 ਨੰਬਰ ਦੀ ਸੰਦੀਸ਼ ਆ 65000 ਦੀ ਦੇ ਦਾਂਗੇ 65000 ਦੀ ਇੱਕ ਛੋੜ ਦੀ ਛੋੜ ਛੋੜ ਦੀ ਚਲੋ ਠੀਕ ਆ ਆਹਾ ਜੀ ਸੰਦੀਸ਼ ਇਹ ਗੱਬਣ ਜੀ ਵਾਹ ਮੈਂ ਬੜੀ ਚੰਗੀ ਹੈ ਜੀ ਬੜੀ ਚੰਗੀ ਆ ਇਹਦੇ ਤੇ ਮੈਂ ਮਤਲਬ ਮਈ ਤੇ ਜਾਨੀ ਨਾ ਝੰਡੀਆਂ ਲੱਗੀਆਂ ਪਈਆਂ ਹੈ ਕਿ ਕਹਿੰਦੇ ਵੀ ਇਹਨੂੰ ਲਊ ਕੌਣ ਅੱਛਾ ਮੈਂ ਕਿਹਾ ਇਹਨੂੰ ਖੇੜੇ ਵਾਲਾ ਫੌਜੀ ਲਊ ਵਾਹ ਜੀ ਵਾਹ ਠੀਕ ਆ ਬਹੁਤ ਚੰਗੀ ਮੱਝ ਦੇ ਵੇਖ ਜੈਡ ਬਲੈਕ ਹੈ ਜੀ ਸੱਚੇ ਸੱਚੇ ਉਹ ਲਈ ਅੱਛਾ ਤੀਸਰੇ ਸੂਏ ਸੁਣੀ ਜੇ ਹੂੰ ਤੇ ਸਾਡੇ ਲਾਗੇ ਪਿੰਡ ਆ ਨਾਲ ਹੀ ਇੱਥੇ ਕਿਹੜਾ ਜੀ ਤੇ ਭਾ ਪਨਵਾ ਇਹ ਵੀਰ ਨੇ ਦਵਾਈ ਆ ਹੂੰ ਇਹ ਆਪਣ ਸਾਜੀ ਸੰਧਵਾਈ ਆਪਾਂ ਹੂੰ ਤੇ ਬਾਬਾ ਸਿੰਘਾਂ ਨੇ ਪੈਸੇ ਲਾਏ ਸੀ ਤੇ ਕਹਿੰਦੇ ਸੀ ਹੁਣ ਮਤਲਬ ਵੀ ਮੁੱਲ ਪੂਰਾ ਲਾਤਾ ਹੁਣ ਨਹੀਂ ਲਈ ਜਾਣੀ ਕਿਸੇ ਕੋ ਹੂੰ ਤੇ ਚਲੋ ਆਪਾਂ ਫਿਰ ਲਈ ਹੈਗੀ ਵੇਖੋ ਕਿ ਕੀ ਕਰਦਾ ਹਜੇ ਬਾਈ ਨੇ ਸੋਣਾ ਨਹੀਂ ਹਜੇ 15 ਦਿਨ ਪੈਂਦਾ ਬਾਅਦ ਹਾਂਜੀ ਤੇ ਸੰਦੀਪ ਸਿੰਘ 1,05,000 ਦੀ ਦੇ ਦਾਂਗੇ 1,05,000 ਦੀ ਇੱਕ ਛੋੜ 1,004 ਦੀ ਇੱਕ ਹੀ ਹੋਰ ਇੱਕ ਹੀ ਹੋਰ ਤਿੰਨ ਜੀ ਜਾਵਾਂਗਾ ਪਰ ਮਈ ਦੀ ਰਿਕਾਰਡ ਆ 15 ਲੀਟਰਾਂ ਦਾ ਬਸ ਠੀਕ ਆ ਕਿਉਂਕਿ ਉਹ ਵੀ ਜਿਹੜੇ ਬੰਦੇ ਕੋ ਮਈ ਨਾ ਹਾਂਜੀ ਉਹ ਵੀ ਟੁੱਟਦੇ ਨਹੀਂ ਕਹਿੰਦੇ ਵੀ ਨਾ ਲੱਖ ਤੁੱਤੇ ਵੇਚਣੀ ਆ ਹਾਂ ਪੱਕੀ ਉਹਨਾਂ ਦੀ ਬੰਦਸ਼ ਵੀ ਲੱਖ ਤੁੱਤੇ ਬਿਲਕੁਲ ਜੀ ਬਿਲਕੁਲ ਪਰ ਚਲੋ ਆਪਾਂ ਲਈ ਨਹੀਂ ਮੈਂ ਬਹੁਤ ਚੰਗੇ ਭਾਈ ਜੀ ਜਿਹੜੇ ਕਾਲੀ ਸ਼ਾਮ ਆਏ ਵਾ 13 ਲੀਟਰਾਂ ਦੀ ਗਰੰਟੀ ਦੇ ਹਦੇ ਬੇਸ਼ੱਕ ਦੀ ਕੋਈ ਸਵਾਈ ਪਾ ਦੇ ਚਵਾਗ ਲੈ ਜੇ ਦੋ ਠੀਕ ਆ ਭਾਈ ਠੀਕ ਆ ਤੇ ਇੱਧਰ ਕਿਨੇ ਖੜੀਆਂ ਜੀ ਸੰਦੀਪ ਸਿੰਘ ਨੀਲੀ ਦੇ ਹੀ ਖੜੇ ਆ ਨੀਲੀ ਦੇ ਸੇਲ ਹੋ ਗਈ ਆ ਅੱਛਾ ਸੇਲ ਹੋ ਗਈ ਜੀ ਇਹ ਵੀ ਕੱਪਣੀ ਹੈ ਜੀ ਨਹੀਂ ਇਹ ਵੇਖੋ ਕੋਈ ਕੱਟੀ ਕੱਟਾ ਹੈ ਕਿ ਨਹੀਂ ਪਾਸਦਾ ਬੱਚਾ ਹੈ ਕਿ ਬਾਕੀ ਤੇ ਖੋਲ ਦੇ ਬੜੀਆਂ ਖੋਲੋ ਜੀ ਦੁੱਧ ਭਾਜੀ ਦੁੱਧ ਸੰਦੀਪ ਸਿੰਘ ਇਥੇ 6 ਰੁਪਏ 6 ਕਿਲੋ 6 ਆਪਾਂ ਮਤਲਬ ਝੂੜ ਵਾਲਾ ਕੰਮ ਨਹੀਂ ਕਰਨਾ ਵੀ ਉੱਥੇ ਜਾ ਕੇ 4 ਕਿਲੋ ਨਿਕਲੇ 2 ਕਿਲੋ ਨਿਕਲੇ ਉਹ ਕੰਮ ਨਹੀਂ ਕਰਨਾ ਬਿਲਕੁਲ ਜੀ ਜਿੰਨਾ ਦੁੱਧ ਹੈਗਾ ਉਹਨਾਂ ਹੀ ਖਾਵਾਂਗੇ ਬਾਕੀ ਕੋਈ ਨਹੀਂ ਕੋਈ ਚੋਰ ਲੋ ਚੋਰ ਲੋ ਜੀ ਵੇਖੋ ਆ ਜਾਓ ਆ ਵੇਖੋ
हाँ जी कवंजा यार हाँ जी एक कुतला छोड़ पंजा होर एक ही और चलो निंजा निंजा चलो दवा ठीक है चलो ज्यादा नहीं तुम्हारा सुख रखे 5000 ਦਾ ਵੀ ਜਨਵਰ ਹੈਗਾ ਬਸ ਠੀਕ ਹੈ ਬੇਸ਼ੱਕ ਇਹਦਾ ਮਨ ਕਰਦਾ ਤੇ 5 ਦਾ ਰਹਿਣਾ ਤੇ ਮੱਝ ਕੱਲੀ ਲੈ ਜੇ ਚਲੋ ਠੀਕ ਆ ਇਹ ਵੀ ਆਫਰ ਨਾਲ ਆਫਰ ਹੈ ਜਾਣ ਦੇ ਕਰਾਂਗੇ ਆਹਾਂ ਜੀ ਅੱਜ ਤੁਹਾਡੀ ਸਵੀਰ ਸਵੇਰੇ ਹਾਂਜੀ ਆ ਬੱਚਾ ਇਹਦਾ ਜੀ ਹਾਂਜੀ ਉਹ ਪਰਲਾ ਬੱਚਾ ਇਹਦਾ ਬੱਲਾ ਹਾਂਜੀ ਬੱਲਾ ਬੱਚਾ ਇਹਦਾ ਕੱਟਾ ਕੱਟੀ ਜੀ ਹਾਂਜੀ ਕੱਟੀ ਕੱਟਾ ਇਹ ਕੱਟਾ ਜੀ ਕੱਟਾ ਬਾਪੇ ਉਹਨ ਬੱਚਾ ਆਇ ਨਹੀਂ ਦਿਸਣੇ ਆ ਜਾਓ ਜੀ मेरे बारो सून कोई तरह जी मैं खाते पैसे पाऊंगा मेरे ठीक है ठीक है जी अपनी मुल दस भी लवान बिलकुल एक दे दो दे दस दे भी कपड़े जी दस किलो है जी आ बच्चा काला जी काला तारी है जी वेखो मैं थाले वा वेखो घरा दे वाह ठीक है जी एक मिनट रुको माड़ा जिहा आ वेखो आ दो जी ठीक है किसे जा दे तंगे जानवर चलो बहुत चंगी मैं भाजी भी सिरा सुतरी सुतरी चलो जी आपां ते चलो ਉਹਦਾ ਅੱਗੇ ਕਦੀ ਗਏ ਕੋ ਨਹੀਂ ਆਪ ਜਾਂਦੇ ਹੁਣ ਮੰਡੀ ਵੇਖਿਆ ਮੈਂ ਸਾਹਬ ਹਾਂਜੀ ਇਹੋ ਜੀ ਮਹੀਨਾ ਉੱਥੇ 2 ਲੱਖ ਮੰਗੀ ਜਾਂਦੇ ਮੰਗੀ ਜਾਂਦੇ ਭਾਜੀ 2-5 ਪੋਲੇ ਜੇ ਮੂਹਣਾ ਕਹਿੰਦੇ 2-5 ਤੇ ਕੀ ਕਰੇ ਕਿੰਨਾ ਘੜਾ ਲੋ ਚੀਖਾਂ ਘੜਾਉਂਦੇ ਉੱਥੇ ਦੇ ਹਾਂਜੀ ਚਲੋ ਇਹੋ ਡੰਗਰ ਸੰਦੀਪ ਸਾਹਿਬ ਆਪਣੇ ਤੋਂ ਮੋਲ ਜੀ ਹਾਂਜੀ ਇਹ ਸੰਦੀਪ ਸਿਆ 2 ਛੱਡ ਦਾਂਗੇ 90 90 88000 ਦੀ 88000 ਦੀ ਚਲੋ ਕਰਨੀ ਤੇ ਥੋੜੀ ਜੀ ਕਰਾਂਗਾ ਫਿਰ ਐਡਾ ਚਲੋ ਕਰ ਦਾਂਗੇ ਫਿਰ ਇਦੋਂ ਘੱਟ ਫਿਰ ਵੀਰ ਫੋਨ ਨਹੀਂ ਬਾਬਾ ਠੀਕ ਆ ਠੀਕ ਨਹੀਂ ਬਿਲਕੁਲ ਜੀ ਆਪਾਂ ਦੀ ਕਮਾਈ ਨਹੀਂ ਹੈਗੀ ਨਹੀਂ ਜੀ ਥੋੜੀ ਜੀ ਕਮਾਈ ਹੈ ਦੇ ਬਿਲਕੁਲ ਭਾਜੀ ਰੋਟੀ ਚੰਗੀ ਆ ਚੰਗੀ ਚੰਗੀ ਤੇ ਇਹੋ ਪਸ਼ੂ ਆਪਣੇ ਕੋ ਚਲੋ ਅਸੀਂ ਤੇ ਫਿਰ ਦੁਬਾਰਾ ਆ ਗਈ ਰਲ ਮਿਲ ਕੇ ਬਾਸ ਜੀ ਬਾਸ ਬਾਸ ਇਹ ਜੀਵਨ ਬਾਰ-ਬਾਰ ਨਹੀਂ ਹੋਣਾ ਵੀ ਨਹੀਂ ਨਹੀਂ 384 ਲੱਖ ਜੂਨ ਚ ਇੱਕ ਬੰਦੇ ਦੀ ਜੂਨ ਹੈ ਜੇ ਖਿਸਿਆਲੀ ਨਾ ਜੀ ਕੇ ਸਕਿਆ ਤੇ ਫਿਰ ਕੋਈ ਨਹੀਂ ਫਾਇਦਾ ਨਹੀਂ ਭਾਜੀ ਸੰਤੁਸ਼ਟੀ ਰੱਖੋ ਮਨ ਨੂੰ ਤੇ ਸਾਰਾ ਕੁਝ ਹੀ ਆ ਤੇ ਜਿਹਨੂੰ ਸੰਤੁਸ਼ਟੀ ਨਹੀਂ ਫਿਰ ਕੁਝ ਨਹੀਂ ਆ ਨਹੀਂ ਨਹੀਂ ਕੁਝ ਨਹੀਂ ਠੀਕ ਨਹੀਂ ਉਹ ਵੀ ਬੰਦਾ ਜਿਹੜਾ ਰਾਤ ਨੂੰ ਵਿਚਾਰਾ ਝੁੱਗੀ 'ਚ ਬੈਗ ਰੋਟੀ ਪਾ ਕੇ ਤੇ ਮਜੇ ਮਾਰਦੇ ਆ ਤੇ ਜੇ ਮੰਨ ਲਓ ਜਿਹੜੀਆਂ ਪੂਰੇ ਮਜੇ 'ਚ ਆ ਤੇ ਫਿਰ ਵੀ ਕਹੀਏ ਨਹੀਂ ਮੈਂ ਮਰ ਗਿਆ ਓਏ ਮੈਂ ਨਹੀਂ ਬਿਲਕੁਲ ਜੀ ਆਪਾਂ ਤੇ ਵਗੇ ਕਿੰਨੇ ਵੀ ਚਲੋ ਰਲ ਮਿਲ ਕੇ ਸ਼ੌਂਕ ਆ ਇਹ ਜਿਹੜੇ ਬੰਦੇ ਨੂੰ ਜਗਾਓ ਆਪਣਾ ਵਧੀਆ ਤੋਂ ਵਧੀਆ ਜਾਨਵਰ ਖਰੀਦੋ ਵਧੀਆ ਤੋਂ ਵਧੀਆ ਕੰਮ ਕਰੋ ਚੰਗਾ ਕਰੋ ਜਿਹੜਾ ਦੂਜੇ ਭੈਣ ਭਰਾ ਨੂੰ ਵੇਖਣਾ ਇੱਕ ਭੈਣ ਨੇ ਪਹਿਲਾਂ ਫੋਨ ਕੀਤਾ ਥੋੜੀ ਦਿਨ ਮਗੇ ਵੀ ਜਾਨੀ ਉਹ ਦੱਸਣ ਦੀ ਕਹਿੰਦੀ ਭਾਜੀ ਤੁਸੀਂ ਵੀਡੀਓ ਲੱਗਦਾ ਪਾਉਂਦੇ ਜਿਹਦੇ ਮਤਲਬ ਵਧੀਆ ਲੱਗਣ ਦੇ ਬਾਕੀ ਤੇ ਕਹਿੰਦੇ ਵਿੱਚ ਕਈ ਬੰਦੇ ਜਿਹੜੇ ਮਤਲਬ ਵੀ ਲੜਾਈ ਪਾ ਕੇ ਬੈਠੇ ਆ ਮੈਂ ਕਿਹਾ ਭੈਣ ਜੀ ਚਲੋ ਕੋਈ ਨਹੀਂ ਜਿਹੜਾ ਪਾਉਂਦਾ ਭਾਈ ਸਾਨੂੰ ਇਹ ਤਾਂ ਵੇਖੋ ਇਹ ਮਸਲਾ ਨਹੀਂ ਮੈਂ ਅਸੀਂ ਤੇ ਵਾ ਖੁਸ਼ ਲੜਾਈ ਨੇ ਤਰੱਕੀ ਵਾਲੀ ਹੋਈ ਜੀ ਸਾਹਿਬ ਮਹੀਨੇ ਬਾਅਦ ਵੀਡੀਓ ਪਾਈ ਆ ਆਪਾਂ ਖੁਸ਼ ਆ ਨਾ ਖੁਸ਼ ਖੁਸ਼ ਜੀ ਨਹੀਂ ਪਾਉਂਦੇ ਤੇ ਕੋਈ ਗੱਲ ਨਹੀਂ ਨਾ ਨਾ ਇਹ ਥੋੜਾ ਵਾ ਵੀ ਉਦਾਂ ਤੜਫੀ ਜਾਓ ਮੇਰੀ ਵੀਡੀਓ ਆਪਾਂ ਮਗਰੋਂ ਪਾ ਦੇ ਹੋਏ ਪਹਿਲਾਂ ਪਾ ਦੇ ਮੈਂ ਤੁਹਾਨੂੰ ਕਦੀ ਨਹੀਂ ਇਹ ਗੱਲ ਕਹਿੰਦਾ ਕਿ ਉਦਾਂ ਅੱਗੋਂ ਪਿੱਛੋਂ ਜੋ ਕਰਮਾ ਮਿਲਣਾ ਜੀ ਜੋ ਮੇਰੀ ਕਿਸਮਤ ਹੈ ਮੈਨੂੰ ਮਿਲਣੀ ਆ ਉਹਨੂੰ ਕੋਈ ਨਹੀਂ ਰੋਕ ਸਕਦਾ ਬਿਲਕੁਲ ਠੀਕ ਜੇ ਚਲੋ ਇਹੋ ਬੇਨਤੀਆਂ ਵਾ ਬਾਕੀ ਹਰ ਭੈਣ ਭਰਾ ਦਾ ਧੰਨਵਾਦ ਕਰਾਂਗੇ ਜਿਹੜਾ ਸਾਡੀ ਵੀਡੀਓ ਵੇਂਦਾ ਜਿਹੜਾ ਨਹੀਂ ਵੇਂਦਾ ਉਹਦੀ ਉਦੋਂ ਵਾਦ ਕਰਾਂਗੇ ਠੀਕ ਹੈ ਮਾਣ ਪੂਰਾ ਕਰਾਂਗੇ ਫਿਰ ਵੀ ਜਿੱਥੋਂ ਤੱਕ ਕੋਸ਼ਿਸ਼ ਹੋਈ ਆਪਾਂ ਗਾਗ ਨੂੰ ਕਦੀ ਨਾਰਾਜ਼ ਨਹੀਂ ਕਰਕੇ ਕੱਲਿਆ ਬਿਲਕੁਲ ਠੀਕ ਹੈ ਚੰਗਾ ਸਤਿ ਸ਼੍ਰੀ ਅਕਾਲ